ਅੱਜ ਦਸੂਹਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਕੇ ਹਲਕਾ ਦਸੂਹਾ ਦੇ ਵਿਧਾਇਕ ਕਰਨਬੀਰ ਸਿੰਘ ਘੁੰਮਣ ਅਤੇ ਬੀਡੀਪੀਓ ਦਸੂਹਾ ਧਨਵੰਤ ਸਿੰਘ ਰੰਧਾਵਾ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਉਪਰੰਤ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਜੀ ਦੀ ਸੋਚ ਮੁਤਾਬਕ ਅਤੇ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਿਲੀਭਗਤ ਨਾਲ ਜੋ ਮਾਫੀਆ ਬੱਸ ਸਟੈਂਡ ਤੇ ਸਾਈਕਲ ਸਟੈਂਡ ਤੇ ਕਾਬੂ ਚਲਦਾ ਆ ਰਿਹਾ ਸੀ ਉਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1 ਸਾਲ ਦੇ ਵਿੱਚ ਖੁੱਲੀ ਬੋਲੀ ਪਾਰਦਰਸ਼ੀਤਾ ਢੰਗ ਨਾਲ ਕਰਵਾ ਕੇ ਖਤਮ ਕਰ ਦਿੱਤਾ ਹੈ ਜੋ ਪਹਿਲਾਂ ਆਮਦਨ ਲਗਭਗ 80 ਲੱਖ ਰੁਪਏ ਸਾਲਾਨਾ ਹੁੰਦੀ ਸੀ ਉਹ ਹੁਣ ਵਜ ਕੇ ਇਸ ਸਾਲ ਤੋਂ ਲਗਭਗ 1 ਕਰੋੜ 57 ਲੱਖ ਰੁਪਏ ਹੋ ਗਈ ਹੈ ਜਿਸ ਵਿੱਚ ਲਗਭਗ ਦੋ ਗੁਣਾ ਵਾਧਾ ਹੋਇਆ ਹੈ ਜਿਸ ਨੂੰ ਹੁਣ ਵਿਕਾਸ ਵਿੱਚ ਖਰਚਿਆ ਜਾਵੇਗਾ ਅ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਪ੍ਰੈਸ ਕਾਨਫਰੰਸ ਸਾਡੇ ਭਾਗ ਦੇ ਮਾਨਯੋਗ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਤਾਲੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਹਲਕੇ ਦੇ ਐਮਐਲਏ ਮਾਨਯੋਗ ਕੁਮਨ ਸਾਹਿਬ ਜੀ ਦੇ ਰਹਿਨਮਾਈ ਹੇਠ ਜੋ ਇੱਕ ਨੈਕਸਸ ਪਿਛਲੇ ਸਮੇਂ ਦੌਰਾਨ ਸਾਡੇ ਬੱਸ ਸਟੈਂਡ ਦਾ ਔਰ ਸਾਈਕਲ ਸਟੈਂਡ ਦਾ ਚੱਲਦਾ ਆ ਰਿਹਾ ਸੀ ਉਹਨੂੰ ਬੜੀ ਅਸੀਂ ਵਧੀਆ ਤਰ੍ਹਾਂ ਲੀਗਲ ਲੜਾਈ ਲੜ ਕੇ ਉਹਨੂੰ ਤੋੜਿਆ ਹੈ ਤੇ ਤੋੜ ਕੇ ਜਿਹੜੀ ਇਹਨਾਂ ਦੋਨਾਂ ਦੀ ਅਸੀਂ ਪਿਛਲੇ ਸਾਲ ਤੇ ਇਸ ਸਾਲ ਖੁੱਲੀ ਬੋਲੀ ਕੀਤੀ ਹੈ ਜਿਸ ਨਾਲ ਸਰਕਾਰ ਨੂੰ ਕਾਫੀ ਆਮਦਨ ਹੋਈ ਹੈ ਤੇ ਇਸ ਬਾਰੇ ਡਿਟੇਲ ਚ ਐਮਐਲਏ ਸਾਹਿਬ ਤੁਹਾਨੂੰ ਜਾਣੂ ਕਰਾਂਗੇ ਤੇ ਅਸੀਂ ਅੱਗੋਂ ਵੀ ਵਿਸ਼ਵਾਸਦਵਾਨ ਨੇ ਕਿ ਇਦਾਂ ਦੇ ਜਿਹੜੀਆਂ ਵੀ ਕੋਈ ਦਿੱਕਤਾਂ ਜਾਂ ਕੁਝ ਪਹਿਲਾਂ ਇਹ ਨੈਕਸਸ ਚੱਲਦੇ ਆ ਰਹੇ ਆ ਇਹ ਸਰਕਾਰ ਬਦਲਣ ਤੋਂ ਬਾਅਦ ਇਹਨਾ ਤਾਂ ਪੂਰੇ ਇੱਕ ਵੇ ਚੱਲਣਗੇ ਤੇ ਨਾ ਹੀ ਕੋਈ ਇਹੋ ਜਿਹਾ ਗਲਤ ਕੰਮ ਕਰਨ ਦਿੱਤਾ ਜਾਏਗਾ ਦੇਖੋ ਇਹ ਸਾਡੀਆਂ ਸੰਤੀਆਂ ਹੈਗੀਆਂ ਇਲੈਕਟਿਡ ਬਾਡੀਜ਼ ਹੈ ਇਹਨਾਂ ਦਾ ਵੀ ਬੜਾ ਵੱਡਾ ਰੋਲ ਹੈ ਅਗਰ ਇਹ ਆਪਣਾ ਇਲੈਕਟਿਡ ਬਾਡੀਆ ਚੰਗੀ ਤਰ੍ਹਾਂ ਰੋਲ ਅਦਾ ਕਰਦੀਆਂ ਤੇ ਸ਼ਹਿਰ ਦੀ ਇਨਕਰੀਸ ਅੱਜ ਤੋਂ 10 ਸਾਲ ਪਹਿਲਾਂ ਤੋਂ ਆਣੀ ਚਾਹੀਦੀ ਸੀ ਪੋਲਿਟੀਕਲ ਜਿਹੜੀਆਂ ਸਾਡੀਆਂ ਸਰਕਾਰਾਂ ਮੈਂ ਉਹਨਾਂ ਨੇ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਵੇਖਦੇ ਤੇ ਇਹ ਇਨਕਰੀਸ ਅੱਜ ਤੋਂ 10 ਸਾਲ ਪਹਿਲਾਂ ਤੋਂ ਆਣੀ ਚਾਹੀਦੀ ਸੀ ਇਹ ਕਿਉਂ ਇਹ 2 ਸਾਲ ਚ ਹੋਇਆ ਕਿਉਂਕਿ ਸਰਕਾਰ ਦੀ ਮਨਸ਼ਾ ਸਾਡੀ ਮੰਤਰੀ ਸਭ ਦੀ ਮੰਚਾ ਤੇ ਸਾਡੇ ਐਮਐਲਏ ਸਾਡੇ ਬੜੀ ਕਲੀਅਰ ਤੇ ਸਾਫ ਹੈ ਕਿ ਕੋਈ ਵੀ ਗਲਤ ਤਰ੍ਹਾਂ ਦੀ ਕੋਈ ਵੀ ਗਲਤ ਗੱਲ ਅਸੀਂ ਇੱਥੇ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਹੀ ਅਸੀਂ ਇਹ ਲੜਾਈ ਲੜ ਕੇ ਅੱਜ ਜਿੱਤੇ ਆ ਤੇ ਜਿੱਤ ਕੇ ਜਿਹੜੀ ਸਾਡੀ ਇਨਕਰੀਜ਼ ਵਧੀ ਹੈ ਸਰ ਅੱਜ ਫੈਸਟ ਕਾਨਫਰੈਂਸ ਲੈਤੀ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਆਪਣੇ ਪ੍ਰੈਸ ਵਾਲੇ ਜਿੰਨੇ ਵੀ ਵੀਰ ਆ ਉਹਨਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਇੱਥੇ ਪਹੁੰਚੇ ਹੋ ਰਾਜ ਦੀ ਜਿਹੜੀ ਤਾਨੂੰ ਬੁਲਾਉਣ ਦਾ ਮੁੱਖ ਮਕਸਦ ਇਹ ਹੈ ਕਿ ਕੱਲ ਸਾਡੇ ਦਸੂਹਾ ਸ਼ਹਿਰ ਵਾਸਤੇ ਦਸੂਹਾ ਹਲਕੇ ਵਾਸਤੇ ਇੱਕ ਬੜਾ ਵੱਡਾ ਦਿਨ ਸਿਗਾ ਕਿਉਂਕਿ ਕੱਲ ਜਿਹੜੀ ਬਲਾਕ ਸਮਤੀ ਵੱਲੋਂ ਬੱਸ ਸਟੈਂਡ ਦੀ ਪਰਚੀ ਦੀ ਬੋਲੀ ਕਰਵਾਈ ਗਈ ਹੈ ਔਰ 2018 ਤੋਂ ਬਾਅਦ ਬੜੇ ਲੰਬੇ ਸਮੇਂ ਬਾਅਦ ਇਹ ਬੋਲੀ ਹੋਈ ਹੈ ਇੱਕ ਟਾਈਮ 2021 22 ਦੇ ਵਿੱਚ ਇੱਕ 21 ਦੇ ਵਿੱਚ ਇਹਦੀ ਬੋਲੀ ਹੋਈ ਸੀ ਪਰ ਉਸ ਤੋਂ ਬਾਅਦ ਇਹ ਲਗਾਤਾਰ ਹੀ ਜੋ ਵੀਡੀਓ ਸਾਹਿਬ ਨੇ ਦੱਸਿਆ ਕਿ ਨੈਕਸਟ ਚੱਲਦਾ ਆ ਰਿਹਾ ਸੀਗਾ ਕੋਈ ਜਿੰਨੇ ਕੋਈ ਸੰਪਤੀ ਦੇ ਵਿੱਚ ਮੈਂਬਰ ਸਹਿਬਾਨ ਨੇ ਜਾਂ ਸਰਕਾਰ ਦੇ ਜਿਹੜੇ ਨਮਾਇंदे ਨੇ ਉਹਨਾਂ ਦੇ ਦਦਾਨ ਜਾਂ ਠੇਕੇਦਾਰਾਂ ਦੇ ਦਰਾਂ ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਔਰ ਜਿਹੜੀ ਕੱਲ ਬਲਾਕ ਸੰਪਤੀ ਵੱਲੋਂ ਵੀਡੀਓ ਸਾਹਿਬ ਵੱਲੋਂ ਐਸਡੀਐਮ ਸਾਹਿਬ ਵੱਲੋਂ ਬੋਲੀ ਕਰਵਾਈ ਗਈ ਹੈ ਉਹਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਗੱਲ ਹੋਈ ਕਿ ਬਿਲਕੁਲ ਪਾਰਦਰਸ਼ਤਾ ਦੇ ਨਾਲ ਬੋਲੀ ਹੋਈ ਹੈ ਔਰ ਹਰ ਇੱਕ ਬੰਦੇ ਨੂੰ ਬੋਲੀਕਾਰ ਨੂੰ ਇਹ ਖੁੱਲ ਸੀਗੀ ਕਿ ਵੀ ਤੂੰ ਜਿੰਨੇ ਮਾਰਦੀ ਅਮਾਉਂਟ ਤੱਕ ਬੋਲੀ ਦੇ ਸਕਦੇ ਹੋ ਔਰ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਜਿਹੜੇ ਜੇ 5 ਸਾਲ ਦੇ ਮੈਂ ਤੁਹਾਨੂੰ ਰਿਟਰਨ ਦੇ ਵਿੱਚ ਵੀ ਆਪਾਂ ਦੇ ਦੇਵਾਂਗੇ ਔਰ ਕੱਲ ਜਿਹੜੀ ਬੋਲੀ ਹੋਈ 1 ਕਰੋੜ 2 ਲੱਖ ਰੁਪਏ ਦੀ ਬਸ ਸਟੈਂਡ ਦੀ ਪਰਚੀ ਦੀ ਬੋਲੀ ਹੋਈ ਹੈ ਔਰ ਜਿਹੜੇ ਪਿਛਲੇ 2018 ਤੋਂ ਬਾਅਦ ਜਿਹੜੀ ਹੁਣ 5 ਸਾਲ ਦੇ ਵਿੱਚ ਜਿਹੜੀ ਉਸ ਤੋਂ ਵੱਧਾ ਕਿੰਨਾ ਆਪਣਾ ਤਕਰੀਬਨ 47 ਲੱਖ ਰੁਪਏ ਦਾ ਵਾਧਾ ਸਾਡਾ ਇਹ ਹੋਇਆ ਸੋ ਬੜੀ ਇੱਕ ਮੈਂ ਕਹਿ ਸਕਦਾ ਕਿ ਸਰਕਾਰ ਦੀ ਬੜੀ ਵੱਡੀ ਅਚੀਵਮੈਂਟ ਆ ਪਰਮਾਨਜਯ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਪੰਜਾਬ ਦੇ ਪੰਚਾਇਤ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਦੀ ਜੋ ਗੱਗਵਾਈ ਦੇ ਵਿੱਚ ਜੋ ਉਹਨਾਂ ਨੇ ਕਿਹਾ ਸੀਗਾ ਕਿ ਇਮਾਨਦਾਰੀ ਦੇ ਨਾਲ ਔਰ ਪਾਰਦਰਸ਼ਤਾ ਦੇ ਨਾਲ ਲੋਕਾਂ ਦੀ ਸੇਵਾ ਕਰਨੀ ਹੈ ਔਰ ਮੈਨੂੰ ਮਾਣ ਵੀ ਹੈ ਕਿ ਅਸੀਂ ਜਿਹੜੀ ਸਾਡਾ ਇਹ ਬਲੌਕ ਸਮਤੀ ਦਾ ਜਿਹੜਾ ਪ੍ਰਸ਼ਾਸਨ ਹੈ ਇੱਥੋਂ ਦਾ ਸਾਰਾ ਜਿੰਨੇ ਵੀ ਇੱਥੋਂ ਵੀਡੀਓ ਸਾਹਿਬ ਨੇ ਜਾਂ ਸੈਕਟਰੀ ਸਾਹਿਬਾਨ ਨੇ ਜਾਂ ਜਿੰਨੇ ਵੀ ਜਈ ਸਾਹਿਬਾਨ ਔਰ ਜਿੰਨਾ ਵੀ ਸਾਰਾ ਇੱਥੇ ਹਮਲਾ ਹੈ ਔਰ 1 ਸਾਲ ਦੀ ਜਿਹੜੀ ਟਨਿਓਰ ਸਾਡੀ ਇਹਨਾਂ ਦੇ ਨਾਲ ਗੁਜ਼ਰੀ ਹੈ ਔਰ ਪੂਰੀ ਇਮਾਨਦਾਰੀ ਨਾਲ ਔਰ ਕਿਸੇ ਵੀ ਸਰਪੰਚ ਕੋਲੋਂ ਕੋਈ ਸਰਪੰਚ ਬਾਹਰ ਖੜੀ ਕਰਕੇ ਦੱਸ ਦੇ ਜਾਂ ਕੋਈ ਮੈਂਬਰ ਪੰਚਾਇਤ ਬਾਹਰ ਖੜੀ ਕਰਕੇ ਦੱਸ ਦੇ ਜਾਂ ਕੋਈ ਹੋਰ ਇਨਸਾਨ ਬਾਹਰ ਖੜੀ ਕਰਕੇ ਦੱਸ ਦੇ ਕਿ ਸਾਡੇ ਕੋਲੋਂ ਕਿ ਜਿਹੜੇ ਪੈਸਿਆਂ ਦਾ ਲੈਣ ਦੇਣ ਕਿਸੇ ਨੇ ਕੀਤਾ ਔਰ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਯਤਨ ਕੀਤਾ ਔਰ ਇਸ ਤੋਂ ਪਹਿਲਾਂ ਜਿਹੜੀ ਪਿਛਲੇ ਮਹੀਨੇ ਬੋਲੀ ਹੋਈ ਸੀ ਸਾਈਕਲ ਸਟੈਂਡ ਉਹਦੇ ਵਿੱਚ ਤੁਸੀਂ ਦੇਖ ਲਓ ਪਿਛਲੇ ਪਿਛਲੇ ਸਾਲ ਜਦੋਂ ਬੋਲੀ ਹੋਈ ਸੀ 13 ਲੱਖ ਤੋਂ 27 ਲੱਖ ਹੋਈ ਸੀ ਉਹਦੀ ਔਰ ਹੁਣ ਜਿਹੜੀ ਬੋਲੀ ਹੋਈ ਹੈ 27 ਲੱਖ ਤੋਂ 40 ਲੱਖ ਤਕਰੀਬਨ 27 ਲੱਖ ਦਾ ਵਾਅਦਾ ਇਹ ਸਾਲ ਦੇ ਵਿੱਚ ਵਿੱਚ ਸਾਡੇ ਸਾਈਕਲ ਸਟੈਂਡ ਦੀ ਬੁਲੀ ਦੇ ਵਿੱਚ ਹੋਇਆ ਸੋ ਇਹ ਵੀ ਬੜੀ ਵੱਡੀ ਅਚੀਵਮੈਂਟ ਹੈ ਔਰ ਹਰੇਕ ਸਾਲ ਸਰਕਾਰ ਬਣਿਆ ਨਾ ਇੱਕ ਸਾਲ ਦੇ ਵਿੱਚ ਅਸੀਂ 74 ਲੱਖ ਰੁਪਇਆ ਸਰਕਾਰ ਨੂੰ ਇਨਕਮ ਵਧ ਕਰਵਾ ਕੇ ਔਰ ਸਰਕਾਰ ਦੇ ਖਜ਼ਾਨੇ ਨੂੰ ਭਰਨ ਦਾ ਯਤਨ ਕੀਤਾ ਔਰ ਇਹ ਇਹ ਪੈਸਿਆਂ ਦੇ ਨਾਲ ਜਿੱਥੇ ਪਿੰਡਾਂ ਦੀ ਡਿਵੈਲਪਮੈਂਟ ਹੋਣੀ ਹੈ ਆਪਣੇ ਹੋਰ ਜਿਹੜੇ ਪ੍ਰੋਜੈਕਟ ਅਸੀਂ ਸੋਚੇ ਹੋਏ ਨੇ ਆਪਣੇ ਪਿੰਡਾਂ ਦੇ ਵਿੱਚ ਉਹ ਪੂਰੇ ਹੋਣੇ ਆ ਕਹਿਣ ਤੋਂ ਭਾਵ ਹੈ ਕਿ ਇਮਾਨਦਾਰੀ ਨਾਲ ਜਿਹੜੇ ਜੋ ਪਹਿਲਾਂ ਨੈਕਸਸ ਚੱਲਦਾ ਰਿਹਾ ਉਹਨੂੰ ਦੂਰ ਕਰਨ ਦਾ ਯਤਨ ਕੀਤਾ ਹੈ ਔਰ ਜੋ ਜਿੱਥੇ ਗੁੰਡਾ ਟਾਈਪ ਲੋਕ ਸੀਗੇ ਜਾਂ ਕੋਈ ਪੁਰਾਣੇ ਅੰਸਰ ਸੀਗੇ ਇਥੋਂ ਉਹਨਾਂ ਨੂੰ ਇਥੋਂ ਅਸੀਂ ਕੱਢਣ ਦਾ ਯਤਨ ਕੀਤਾ ਇਸ ਤੋਂ ਇਲਾਵਾ ਜਿਹੜੀ ਤੇ ਤਲਵਾੜੇ ਦੀ ਵੀ ਮੈਨੂੰ ਜ਼ਿਆਦਾ ਇਤਿਹਾਸ ਰਚਿਆ ਗਿਆ ਇਸ ਵਾਰ ਪਹਿਲੀ ਵਾਰੀ ਤੇ ਤਲਵਾੜੇ ਦੇ ਵਿੱਚ ਅੱਜ ਤੱਕ ਕਦੀ ਸਾਈਕਲ ਸਟੈਂਡ ਅਸੀਂ ਬੱਸ ਸਟੈਂਡ ਦੀ ਬੋਲੀ ਨਹੀਂ ਹੋਈ ਅੱਜ ਤੱਕ ਔਰ ਮੈਨੂੰ ਲੱਗਦਾ ਕਿ ਜਦੋਂ ਦਾ 50-60 ਸਾਲ ਤੋਂ ਬਾਅਦ ਜਾ ਕੇ ਉਹ ਉੱਥੇ ਬੋਲੀ ਹੋਈ ਹੈ ਔਰ ਸਾਰੀਆਂ ਸਹੂਲਤਾਂ ਉਹਨਾਂ ਲੋਕਾਂ ਨੂੰ ਉੱਥੇ ਦਿੱਤੀਆਂ ਜਾ ਰਹੀਆਂ ਔਰ ਇੱਥੇ ਵੀ ਜਿਹੜੀ ਬੱਸ ਸਟੈਂਡ ਤੇ ਜੋ ਵੀਡੀਓ ਸਾਹਿਬ ਵੱਲੋਂ ਹਦਾਇਤਾਂ ਨੇ ਸਾਰੀਆਂ ਫੁੱਲਫਿਲ ਕਰਾਂਗੇ ਔਰ ਜਿਹੜੀਆਂ ਉੱਥੇ ਸ਼ਰਤਾਂ ਹੋਣੀਆਂ ਉੱਥੇ ਠੇਕੇਦਾਰ ਦੇ ਕੋਲੋਂ ਆਪਾਂ ਪੂਰੀਆਂ ਕਰਵਾਵਾਂਗੇ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਪਾਂ ਨਹੀਂ ਆਉਣ ਦਿੱਤੀ ਜਾਵੇਗੀ ਔਰ ਮੈਨੂੰ ਬੜੀ ਮਾਣ ਆ ਕਿ ਆਪਾਂ ਇੱਕ ਜਿਹੜੀ ਸਰਕਾਰ ਲੋਕਾਂ ਨੇ ਆਮ ਲੋਕਾਂ ਨੇ ਚੁਣੀ ਸੀਗੀ ਕਿ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਅੱਗੇ ਕਰਕੇ ਇਮਾਨਦਾਰ ਸਰਕਾਰ ਚੁਣੀ ਸੀ ਉਹਦਾ ਇੱਕ ਇੱਕ ਫਸਟ ਜਿਹੜਾ ਪਹਿਲੂ ਆ ਉਹ ਲੋਕਾਂ ਦੇ ਸਾਹਮਣੇ ਲਿਆਂਦਾ ਔਰ ਲੋਕਾਂ ਦੀ ਜਿਹੜੀ ਲੁੱਟ ਖਸੁੱਟ ਹੋ ਰਹੀ ਸੀ ਇਹਦੇ ਨਾਲ ਜੋ ਜਿਹੜੇ ਠੇਕੇਦਾਰ ਪੁਰਾਣੀ ਲੁੱਟ ਖਸੁੱਟ ਕਰਦੇ ਸੀਗੇ ਜਾਂ ਜਿਹੜੇ ਕੋਈ ਸੰਪਤੀ ਦੇ ਮੈਂਬਰ ਜਾਂ ਜਿਹੜੇ ਕੋਈ ਚੇਅਰਮੈਨ ਵਿੱਚ ਰਲੇ ਹੋਏ ਸੀਗੇ ਨਾਲ ਉਹਨਾਂ ਦੇ ਔਰ ਜਿਹੜੀ ਲੁੱਟ ਖਸੁੱਟ ਹੁੰਦੀ ਸੀ ਉਹਨਾਂ ਦਾ ਫਾਇਦਾ ਸਰਕਾਰ ਨੂੰ ਨਹੀਂ ਹੁੰਦਾ ਸੀ ਔਰ ਫਾਇਦਾ ਜਿਹੜਾ ਪੋਲਿਟਿਕਲ ਲੋਕਾਂ ਨੂੰ ਹੁੰਦਾ ਸੀ ਇਹ ਪਹਿਲੀ ਵਾਰੀ ਹੋਊਗਾ ਕਿ ਸਰਕਾਰ ਨੂੰ ਜਿਹੜੇ ਪੈਸੇ ਵੱਧ ਆ ਰਹੇ ਔਰ ਸਰਕਾਰ ਦੇ ਦਫ਼ਤਰਾਂ ਦੇ ਵਿੱਚ ਜਿਹੜੇ ਖਜ਼ਾਨੇ ਖਾਲੀ ਦਾ ਰੌਲਾ ਪਾਉਂਦੇ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਪਾਉਂਦੀਆਂ ਰਹੀਆਂ ਔਰ ਖਜ਼ਾਨੇ ਨੂੰ ਅਸੀਂ ਪੂਰਾ ਭਰ ਕੇ ਇੱਥੋਂ ਜਾਵਾਂਗੇ ਕੀ ਕਾਰਨ ਰਿਹਾ ਕਿ ਜਿਹੜੀਆਂ ਪਿਛਲੀਆਂ ਗੋਲੀਆਂ ਦੇ ਵਿੱਚ ਰੇਟ ਘੱਟ ਨਾ ਕਰਾ ਤੇ ਜਿਹੜਾ ਉਹ ਨੁਕਸਾਨ ਘੱਟ ਪੁੰਦਾ ਸੀ ਤੇ ਆ ਦੇਖ ਲਓ ਜੀ 2018-19 ਚ ਬੋਲੀ ਨਹੀਂ ਹੋਈ 2019-20 ਵਿੱਚ ਬੋਲੀ ਨਹੀਂ ਹੋਈ 2020-21 ਦੇ ਵਿੱਚ ਬੋਲੀ ਹੋਈ ਔਰ 21-22 ਔਰ 22-23 ਦੇ ਵਿੱਚ 5% ਵਾਧੇ ਨਾਲ ਆਪ ਇਹਨਾਂ ਨੇ ਮਤੇ ਪਾਏ ਹੋਏ ਕਿ 5% ਵਾਧੇ ਤੇ ਉਹੀ ठेकेदारਨੋਂ ਦੁਬਾਰਾ ਦੁਬਾਰਾ ਜਿਹੜਾ ਚਿਹਤਿਆ ਠੇਕੇਦਾਰ ਸੀਗਾ ਇਹਨਾਂ ਦਾ ਉਹਨੂੰ ਹੀ ਦੁਬਾਰਾ ਦੁਬਾਰਾ ਇਹਨਾਂ ਨੇ ਬੋਲੀ ਦਿੱਤੀ ਹੈ ਔਰ ਇਸ ਵਾਰ ਵੀ ਬਹੁਤ ਜਦੋਜਹਿਦ ਕਰਨੀ ਪਈ ਸਾਨੂੰ ਪਹਿਲਾਂ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਬਲੌਗ ਦੇ ਉੱਤੇ ਉਹ ਸਾਡੇ ਡਿਪਾਰਟਮੈਂਟ ਨੇ ਬੜੀ ਮਿਹਨਤ ਨਾਲ ਲੜਿਆ ਔਰ ਉਹਨੇ ਜਦੋਂ ਉਹਨੂੰ ਹਾਰ दिखी ਐ ਉਹਨੇ ਉਹ ਕੇਸ ਵਾਪਸ ਲਿਆ ਉਸ ਤੋਂ ਬਾਅਦ ਉਹਨੇ ਸਿਵਲ ਕੋਰਟ ਦੇ ਵਿੱਚ ਸਟੇ ਲਿਆ ਉੱਥੇ ਸਾਡੇ ਡਿਪਾਰਟਮੈਂਟ ਨੇ ਬੜੀ ਮਿਹਨਤ ਕਰਕੇ ਵਕੀਲ ਕਰਕੇ ਸਾਡਾ ਖਰਚਾ ਨਜਾਇਜ਼ ਕਰਵਾਇਆ ਉੱਥੇ ਉੱਥੇ ਸਟੇ ਆਪਾਂ ਉਹਨਾਂ ਦਾ ਬ੍ਰੇਕ ਕਰਵਾਇਆ ਫਿਰ ਉਹਨੇ ਹਾਈ ਸੈਸ਼ਨ ਕੋਰਟ ਦੇ ਵਿੱਚ ਅਪੀਲ ਕੀਤੀ ਐ ਉਹ ਹੀ ਟੇਕੇਦਾਰ ਨੇ ਉਹ ਆਪਾਂ ਹੁਣ ਅਪੀਲ ਖਾਰਜ ਹੋਣ ਤੋਂ ਬਾਅਦ ਅੱਬ ਕੱਲ ਬੋਲੀ ਹੋਈ ਐ ਕਹਿਣ ਦਾ ਭਾਵ ਆ ਕਿ ਬੜੀ ਜਦੋਜਹਿਦ ਕਰਨੀ ਪਈ ਐ ਉਹ ਜਿਹੜੇ ਨੈਕਸਸ ਆ ਉਹ ਕੋਈ ਡੂੰਘੀਆਂ ਜੜ੍ਹਾਂ ਵਾਲੇ ਨੈਕਸਸ ਆ ਉੱਪ ਸੋ ਇਹ ਪਹਿਲੀ ਵਾਰ ਹੀ ਹੋਇਆ ਕਿ ਇਮਾਨਦਾਰੀ ਨਾਲ ਬੋਲੀ ਹੋਈ ਆ ਮੈਂ ਵੀਡੀਓ ਸਾਹਿਬ ਦਾ ਜਿੱਥੇ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਵਕੀਲ ਸਹਿਬਾਨ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹ ਬੋਲੀ ਨੂੰ ਕਰਾਉਣ ਵਾਸਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਰ ਨੂੰ ਸਰ ਪਿਛਲੀ ਸਰਕਾਰ ਦਾ ਤੇ ਮੌਜੂਦਾ ਕਿਹੜੇ ਪਿਛਲੇ ਵਿਧਾਇਕ ਸੀਗੇ ਉਹਨਾਂ ਦਾ ਕਿੰਨਾ ਕੋ ਰੋਲ ਸਮਝਦੇ ਤੁਸੀਂ ਇਹ ਸਾਰਾ ਸਰਕਾਰਾਂ ਦਾ ਹੀ ਰੋਲ ਆ ਜੀ ਜੇ ਹੁਣ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਜੇ 74 ਲੱਖ ਰੁਪਇਆ ਆਮਦਨ ਹੋ ਰਹੀ ਆ ਸਰਕਾਰ ਨੂੰ ਤੇ ਸਰਕਾਰ ਦੇ ਜੇ ਜੇ ਆਮਦਨ ਹੋਈ ਤਾਂ ਉਹ ਵੀ ਸਾਡੀ ਜ਼ਿੰਮੇਵਾਰੀ ਆ ਕਿ ਜੇ ਸਰ ਆਮਦਨ ਨਹੀਂ ਹੋ ਰਹੀ ਸੀ ਉਹ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਸੀਗੀ ਸੋ ਜੇ ਉਹਨਾਂ ਨੇ ਤੁਹਾਨੂੰ ਦੱਸ ਰਹੇ ਆ ਕਿ ਜੋ ਨਲਾਇਕੀਆਂ ਹੋਈਆਂ ਨੇ ਰੋਲ ਤਾਂ ਆਪਣੇ ਆ ਵੀ ਕਲੀਅਰ ਉਹਨਾਂ ਨੇ ਪੈਰਵਾਹੀ ਨਹੀਂ ਕੀਤੀ ਆਪਣੇ ਅਫਸਰਾਂ ਦੀ ਜਾਂ ਜਿਹੜੇ ਥੱਲੇ ਡਿਪਾਰਟਮੈਂਟ ਦੇ ਵਿੱਚ ਜਾਂ ਠੇਕੇਦਾਰਾਂ ਦੀ ਪੈਰਵਾਹੀ ਨਹੀਂ ਕੀਤੀ ਕਿ ਉਹ ਕਰਦੇ ਕੀ ਪਏ ਐ ਇਹ ਤੋਂ ਸਿੱਧਾ ਸਿੱਧ ਹੁੰਦਾ ਕਿ ਉਹਨਾਂ ਦਾ ਵਿੱਚ ਵਿੱਚ ਕਿਤਨਾ ਕਿਤੇ ਸਾਰੇ ਉਹਨਾਂ ਦੇ ਚਿਹਤਿਆਂ ਦਾ ਰੋਲ ਜ਼ਰੂਰ ਹੋ ਸਕਦਾ ਸਭ ਇੱਕ ਹੋਰ ਕਿਹਾ ਜਾ ਰਿਹਾ ਕਿ ਪਰਚੀ ਵਿੱਚ ਵੀ ਗੱਲਾਂ ਕੀਤਾ ਗਿਆ ਜਿਹੜੀ ਪਾਸਟ ਟੈਟਲ ਦੇ ਪਰਚੀ ਵਿੱਚ ਵੀ ਕੋਈ ਗੱਲਬਾਤ ਹੋਇਆ ਦਾ ਨਹੀਂ ਦੂਸਰ ਤੋਂ ਆ ਹੁਣ ਤਾਂ ਲਾਸਟ ਟਾਈਮ ਤੇ ਆਪਾਂ ਸਾਡੇ ਟਿਨਰ ਦੇ ਵਿੱਚ ਕੋਈ ਵਾਦਾ ਨਹੀਂ ਹੋਇਆ ਜੀ ਆ ਜਿਹੜੀ ਹੁਣ ਵੀ ਅਸੀਂ ਕੱਲ ਬੋਲੀ ਕੀਤੀ ਜੋ 2 ਸਾਲ ਪਹਿਲਾਂ ਦੀ ਬੋਲੀ ਪਰਚੀ ਚੱਲ ਰਹੀ ਹੈ ਉਹ ਹੀ ਬੋਲੀ ਹੁਣ ਉਹ ਹੀ ਸਲਿੱਪ ਲਈ ਜਾਊਗੀ ਵਾਧੂ ਕੋਈ ਚਾਰजेस ਨਹੀਂ ਲਿਆਜੋਗੇ ਲੋਕਾਂ ਤੋਂ ਹਾਂਜੀ ਆਪਣੀ ਪਰੋਸੇਮਨ ਅਕੈਡਮੀ ਈ ਪਲਾਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ ਜਿੱਥੇ ਆਇਲਸ ਅਤੇ ਪੀਟੀ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਟਰ ਵੀਜ਼ਾ ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ